स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड गुरुसर ते जलाल दे बिल्कुल नेड़ा, गुरुसर जलाल भी इहनू कह दिंदे आ, इह बठिंडे जिले का पिंड आ। बाजेखाने तो बरनाला जाने आ तां मेन रोड दे बिल्कुल नाल इह पिंड आउंदा है। जिहड़े घर चों वीडियो बना रहे दसो अज दो नाग बाई ने विकाऊ किते आ। वैसे जे तुहानू दिखावां तां इधर एक फार्म का काम आ बाई जी होरां कोल, पशु इत्थे काफ़ी गिनती दे विच रखे आ, वखरा जिहा सिस्टम आ, सोहना प्रबंध बाई ने इत्थे कीता वा। मझां गल्लां बातों तो पता लगा वीर हरियाणे दे विचों लिआया सी, सामने एक मझ खड़ी भी आ दसो पुराणियां मझां चों। वैसे जिहड़ियां कट्टियां हैगियां उह अगे जिवें इहनां दे विच इक लाड़ले बलदी धी भी हैगी है, रिकॉर्ड वालियां चंगे सीमन बाई जी होरी भराउंदे आ, शौक है इस टाइम पशुआं दा। दो नाग विकाऊ किते है तो थोड़े कच्चे टाइम इन्हों का पिया सून दे विच, पर वीडियो थोनों दिखा दें जिन्हों जिहड़ा नग चंगा लग्या। बेनती है भी आके आपकी तसली करके खरीद लो जी। ऑनलाइन सिस्टम यह भी जा दोस्तों, ये जे तुम आपका पूरा ध्यान रखते हो तो फिर ये थोनों फायदे है, तो जे तुम अवेसले हो के कोई भी कितों भी कोई सौदा करते हो किसी भी आइटम का तो फिर थोड़ा लॉस भी हो सकता हों, सो जरूरी है तसली कर लिया करो। अज की वीडियो दो नागवीर ने विकाऊ किते आप जानकारी लैने, थोनू जो पशु इन्हों चंगा लगे उ खरीदो, तसली तुसी करनी है बई। सत श्रीकाल, नाम दस्यो बई जी। लखविंदर सिंह। ठीक है लखविंदर बई, कि चिर हो गया फार्म का काम कर दे? 2015 तो घरे स्टार्ट किया जी। 2015 तो ठीक है, हुण फिर इत्थे खुले थां ते आ गए, वधाउण दा इरादा जां घटा देने पशु? ਨਹੀਂ ਬਸ ਆਈ ਉਨਾ ਜਿੰਨਾ ਕੁ ਚੱਲਦਾ ਉਨਾ ਕੀ ਰੱਖਾਂ। ਅੱਛਾ ਉਨੇ ਕੁ ਰੱਖਾਂ। ਹਾਂ, ਦੋ ਪਸ਼ੂ ਆਈ ਆਰ ਸੇਲ ਕਰ ਦਿੰਦੇ ਆ। ਦੋ ਪਸ਼ੂ ਆਏ ਸਾਲ ਸੇਲ ਕਰਦੇ ਆ। ਅੱਛਾ ਮੱਝਾਂ ਜਿਹੜੀਆਂ ਮਤਲਬ ਜ਼ਿਆਦਾ ਰੱਖਦੇ ਹੋ ਜਾਂ ਗਾਵਾਂ? ਗਾਂ ਮੱਝਾਂ ਜ਼ਿਆਦਾ ਜੀ। ਮੱਝਾਂ ਜ਼ਿਆਦਾ ਆ। ਮੱਝ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੇ ਵਾਲੀ ਆਈ ਕਰੇ? ਮੱਝ ਆਪਾਂ ਘਰੇ 1 ਕਿਲੋ ਦੁੱਧ ਚੋਇਆ ਜੀ। 1 ਕਿਲੋ ਦੁੱਧ ਚੋਇਆ? ਹਾਂਜੀ। ਇੱਧਰੋਂ ਹੀ ਸੀ ਜਾਂ ਲਿਆਂਦੀ ਸੀ ਬਾਹਰੋਂ? ਉਹ ਬਾਜੇ ਤੋਂ ਲਿਆਂਦੀ ਸੀਗੀ, ਹਰਿਆਣੇ ਚੋਂ ਜੀ। ਹਰਿਆਣੇ ਦੇ ਮਗਰਲੇ ਪਾਸੇ ਆ ਪਿੰਡ ਬਾਜਾ। 15 ਚ ਲਿਆਂਦੀ ਸੀ? ਉਹ ਲਿਆਂਦੀ ਸੀ 16 ਚ ਜੀ। 16 ਚ? ਅੱਛਾ, ਉਦੋਂ ਬਾਅਦ ਫਿਰ ਸਾਰੀਆਂ ਮੱਝਾਂ ਉਸੇ ਰਵੇ ਚੋਂ ਆ ਜਾਂ ਬਦਲਦੇ ਰਹੇ ਵਿੱਚੋਂ? ਤਿੰਨ ਮੱਝਾਂ ਦਾ ਰਵਾ ਜੀ ਆਪਣੇ ਕੋਲ। ਠੀਕ ਹੈ, ਤਿੰਨ ਮੱਝਾਂ ਦਾ ਰਵਾ। ਅੱਜ ਆਪਾਂ ਦੋ ਨਾਗ ਵਿਕਾਊ ਕੀਤੇ ਆ। ਪਹਿਲੇ ਨੰਬਰ ਤੇ ਜਿਹੜੀ ਸਾਹਮਣੇ ਮੱਝ ਦਿਸਦੀ ਹੈ ਇਹ ਕਿੰਨਵਾਂ ਸੂਆ ਸੁਣਦੀ ਹੈ? ਇਹ ਤੀਜੇ ਸੂਏ ਸੁਣਦੀ ਹੈ। ਤੀਜਾ ਸੂਆ? ਇਹਦਾ ਕਿੰਨਾ ਟਾਈਮ ਬਾਕੀ ਹੈ ਬਾਈ? ਇਹਦਾ ਜੀ 1 ਮਹੀਨੇ ਦੇ ਲਗਭਗ ਬਾਕੀ ਹੋਊਗਾ। 1 ਮਹੀਨਾ ਬਾਕੀ ਹੈ? ਅੱਛਾ, ਇਹ ਮਹੀਨੇ ਦਾ ਟਾਈਮ ਇਹਦਾ ਰਹਿੰਦਾ ਹੈ, ਪਰ ਜੇ ਥਣਾ 'ਚ ਜੋਸ਼ ਦੇਖਦੇ ਹੈ ਉਹ ਇਹ ਬਹੁਤ ਭਰੀ ਬੈਠੀ ਹੈ। ਸਰ ਮੰਨ ਕੇ ਚਲੋ ਪਹਿਲੇ ਸੂਏ ਵੀ ਇਹਨੇ 4th-5th ਮਹੀਨੇ ਲਾਉਣ ਲੱਗ ਗਈ ਸੀ। ਅੱਛਾ, ਥੋੜਾ ਜੋਸ਼ ਤਾਂ ਇਹ ਪਹਿਲਾਂ ਹੀ ਰੱਖਦੀ ਆ। ਠੀਕ ਹੈ, ਕੁਛ ਇੱਕ ਤੀ ਮੌਸਮ ਦਾ ਕਾਰਨ ਵੀ ਹੈਗਾ। ਠੀਕ ਹੈ, ਯਾਨੀ ਕਿ ਉਹ ਮੌਸਮ ਦਾ ਐਂ ਲੱਗਦਾ ਵੀ ਸਾਨੂੰ ਉਹ ਵੀ ਕਰਿਆ ਜੀ। ਠੀਕ ਹੈ। ਅੱਛਾ, ਇਹ ਪਤਾ ਕਿਹੜੇ ਸੀਮਨ ਦੀ ਹੈ? ਇਹ ਕਰਨਾਲ ਤੋਂ ਆਈ ਵੀ ਹੈ ਜੀ, ਯਾਨੀ ਕਿ ਐਂ ਨਹੀਂ ਸੀਮਨ ਦਾ ਨਹੀਂ, ਇਹਦਾ ਨਹੀਂ ਪਤਾ। ਕਰਨਾਲ ਤੋਂ ਆਈ ਵੀ? ਹਾਂ, ਇਹ ਮਗਰ ਆਈ ਸੀਗੀ। ਠੀਕ ਹੈ, ਹੁਣ ਇਹਦੇ ਭਰਾਇਆ ਕਿਹੜਾ? ਇਹ ਆਪਣੇ ਆਪ ਦੇ ਝੋਟੇ ਤੋਂ ਕੱਪਣ। ਆਪਦੇ ਝੋਟੇ ਤੋਂ ਕੱਪਣ? ਠੀਕ ਹੈ, ਰੇਟ ਇਹਦਾ ਕੀ ਰੱਖਾਂਗੇ ਬਾਈ? ਇਹਦਾ ਆਪਾਂ 1 ਲੱਖ ਰੁਪਈਆ। 1 ਲੱਖ ਰੁਪਈਆ? ਦੱਸੋ, 1 ਮਹੀਨਾ ਹਜੇ ਬਾਕੀ ਹੈ, ਸੂਆ ਤੀਜਾ, ਥਣਾ 'ਚ ਜੋਸ਼ ਭਰੀ ਬੈਠੀ ਹੈ, ਪਰ 1 ਮਹੀਨਾ ਹਜੇ ਪੈਂਡਿੰਗ ਆ। ਅਗਲੇ ਥਣ ਦਾ ਸਾਈਜ਼ ਵੀ ਸੋਹਣਾ, ਪਿਛਲੇ ਥਣ ਜਿਹੜੇ ਉਹ ਦੁੱਧ ਨਾਲ ਭਰੇ ਹੋਏ ਆ, ਜੋਸ਼ ਅਗਲੇ ਥਣਾਂ 'ਚ ਵੀ ਹੈ ਪਰ ਪਿਛਲੇ ਜ਼ਿਆਦਾ ਭਰੇ ਹੋਏ ਆ। ਸੋ ਤੁਸੀਂ ਇਹਦਾ ਢਾਂਚਾ ਦੇਖੋਗੇ, ਸੰਭਾਲੀ ਬਾਈ ਨੇ ਚੰਗੀ ਹੈ। 1 ਲੱਖ ਡਿਮਾਂਡ ਹੈ, ਪਰ ਮਾਨ ਤਾਨ ਹੋ ਜਾਣਾ ਹੁੰਦਾ, ਸੋ ਆ ਕੇ ਤੁਸੀਂ ਦੇਖੋਗੇ, ਤਸੱਲੀ ਕਰੋਗੇ ਤਾਂ ਤੁਹਾਨੂੰ ਜਿਹੜਾ ਉਹ ਸੌਦਾ ਵੀ ਵੀਰ ਨਾਲ ਤੁਹਾਡਾ ਹੋ ਜਾਊਗਾ। ਤੋਰ ਕੇ ਥੋੜ੍ਹੀ ਦਿਖਾ ਦਿੰਦੇ ਹਾਂ, ਦੱਸੋ ਇਹਦੀ ਡਿਟੇਲ ਤੁਹਾਨੂੰ ਪਹਿਲਾਂ ਦੱਸਤੀ ਹੈ, ਖੋਲ੍ਹੋ ਵੀਰੇ ਨੂੰ ਮਾੜਾ ਤੋਰ ਕੇ, ਇੱਥੇ ਤੋਰ ਦੇ ਭਾਵੇਂ, ਸੋ ਤੋਰ ਕੇ ਦਿਖਾਉਣੇ। 1 ਝੋਟਾ ਬਾਈ ਨੇ ਰੱਖਿਆ ਦੱਸੋ, ਜਿਹੜੇ ਤੋਂ ਇਹ ਗੱਭਣਾ ਅਤੇ ਝੋਟੇ ਦੀ ਮਾਂ ਦਾ ਦੁੱਧ 1 ਕਿਲੋ ਸੀ, ਜਿਹੜੀ ਮੱਝ ਬਾਈ ਦੱਸਦਾ ਸੀ ਵੀ ਸਭ ਤੋਂ ਜ਼ਿਆਦਾ ਦੁੱਧ ਵਾਲੀ ਮੱਝ ਘਰ 'ਚ ਆਈ ਹੈ, ਉਹ 1 ਕਿਲੋ ਦੁੱਧ ਵਾਲੀ ਸੀ। ਸੋ ਉਹਦਾ ਬੱਚਾ ਵੀਰ ਨੇ ਸੰਭਾਲਿਆ ਵਿਆ, ਬਾ ਮੋੜ ਲਾ ਬਾਈ ਵਾਪਸ ਲਿਆ। ਸੋ ਇਹ ਤੀਜੇ ਸੂਏ ਸੂਣ ਵਾਲੀ ਮੱਝ ਤੁਸੀਂ ਦੇਖ ਰਹੇ ਹੋ, ਢਾਂਚਾ ਜਿਹੜਾ ਦੂਜੇ ਸੂਏ ਵਾਲੀਆਂ ਝੋਟੀਆਂ ਵਾਲਾ ਹੀ ਹੈ, ਬਾਕੀ ਤੁਸੀਂ ਆ ਕੇ ਵੀ ਦੇਖੋਗੇ ਤੁਹਾਨੂੰ ਪਸੰਦ ਆਊ। ਡਿਮਾਂਡ 1 ਲੱਖ ਰੁਪਏ ਦੀ ਹੈ। ਇਹ ਤੋਂ ਬਿਨਾਂ ਇੱਕ ਹੋਰ ਝੋਟੀ ਬਾਈ ਕੋਲ ਵਿਕਰੀ ਵਾਲੀ, ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ, ਫਿਰ ਇਹ ਵੀ ਤੁਹਾਨੂੰ ਤੋਰ ਕੇ ਨਾਲ ਦਿਖਾਵਾਂਗੇ। ਆਇਓ ਬਾਈ ਸਾਹਮਣੇ ਇੱਧਰ। ਲਖਵਿੰਦਰ ਬਾਈ, ਜਿਹੜੀ ਇਹ 2 ਨੰਬਰ 'ਤੇ ਮੱਝ ਹੈ, ਇਹ ਕਿੰਨਵਾਂ ਸੂਆ ਸੁਣਦੀ ਹੈ? ਇਹ ਜੀ ਤੀਜਾ ਸੂਆ ਸੁਣਦੀ ਹੈ ਜੀ। ਪਹਿਲਾਂ ਡਿਟੇਲ ਦੱਸਦੀ ਬਾਈ, ਬਾਅਦ 'ਚ ਖੋਲਾਂਗੇ। PC 483 ਦੀ ਕੱਟੀ ਆਈ ਹੈ। ਆਪ PC 483 ਦੀ? 83 ਦੀ ਆਈ। ਠੀਕ ਹੈ, ਦੁੱਧ ਦਾ ਕੀ ਰਿਕਾਰਡ ਰਿਹਾ ਦਾ? ਦੂਜੇ ਦੁੱਧ ਇਹਦਾ 16 ਕਿਲੋ ਦੁੱਧ ਚੋਇਆ ਜੀ ਦੂਜੇ ਸੂਏ 'ਚ। ਦੂਜੇ ਸੂਏ ਜਿਹੜੀ ਇੱਧਰ ਝੋਟੀ ਸੀ ਇਹਦਾ ਕਿੰਨਾ ਕੁ ਚੁੰਦੇ ਰਹੇ ਦੂਜੇ ਸੂਏ? ਇਹ 14-15 ਕਿਲੋ। ਇਹਨੇ 14-15 ਦਿੱਤਾ। ਅੱਛਾ, ਇਹਨੇ 16 ਕਿਲੋ ਦੂਜੇ ਸੂਏ ਦਿੱਤਾ, ਤੇ ਐਰਕੀ ਹੁਣੇ ਗੱਭਣ ਕਿਹੜੇ ਬੁੱਲ ਤੋਂ ਹੈ? ਇਹ ਟੀਕਾ ਲੱਗਿਆ ਬਾਈ ਜੀ ਇਹਨੇ। ਟੀਕਾ ਲੱਗਿਆ, ਲਿਖਿਆ ਹੋਊਗਾ ਉਹਦਾ ਰਿਕਾਰਡ? ਹਾਂ, ਲਿਖਿਆ ਹੋਊਗਾ, ਧਿਆਨ 'ਚ ਨਹੀਂ ਗਾ, ਸਰਕਾਰੀ ਸੀਮਨ ਲੱਗਿਆ ਬਾਈ, ਨਹੀਂ ਬੜਾ ਇੰਪੋਰਟੈਂਟ ਨਹੀਂ ਲੱਗਿਆ ਬਾਈ। ਠੀਕ ਹੈ, ਇਹਦਾ ਰੇਟ ਕੀ ਰੱਖਾਂਗੇ ਬਾਈ? ਇਹਦਾ 1.25 ਲੱਖ ਰੁਪਈਆ। 1.25 ਲੱਖ ਰੁਪਈਆ? ਤੇ ਇਹਦੇ ਕਿੰਨੀ ਤਰੀਕ ਨੂੰ ਦਿਨ ਪੂਰੇ ਹੋ ਜਾਣਗੇ? ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਜੀ। 27 ਨੂੰ?
ਅੱਜ ਦੱਸੋ 11 ਤਰੀਕ ਹੈ 27 ਨੂੰ 16 ਦਿਨ ਹਜੇ ਇਹਦੇ ਪਏ ਹੈ ਪੀਸੀ 483 ਦੀ ਧੀ ਹੈ 16 ਕਿਲੋ ਦੂਜੇ ਸੂਏ ਦੁੱਧ ਦਿੱਤਾ ਤੋਰਦੇ ਪਈ ਨੂੰ ਦਰਮਿਆਨੇ ਕੱਦ ਦੀ ਕੱਦ ਬਾਹਲਾ ਵੱਡਾ ਨਹੀਂ ਗਾ ਮਧਰੀ ਗੋਡੀ ਦੀ ਮੱਝ ਇਹ ਪੀਸੀ 483 ਦੀ ਧੀ ਹੈ ਉੱਧਰ ਨੂੰ ਲੈ ਜਾ ਵੀਰੇ ਕੰਧ ਵੱਲ ਨੂੰ ਲੈ ਜਾ ਸੋ ਥਣ ਹਵਾਨਾ ਦੱਸੋ ਤੁਰਦੀ ਦਾ ਦੇਖ ਲਓ ਹਜੇ 16 ਦਿਨਾਂ ਦੀ ਇਹ ਕੱਚੀ ਆ ਦੋਨੇ ਮੱਝਾਂ ਦਾ ਟਾਈਮ ਹਜੇ ਪਿਆ ਹਵਾਨੇ ਬਣਾਈ ਜਾਂਦੀਆਂ ਇਹਦਾ ਹਵਾਨਾ ਕਾਫੀ ਤਕੜਾ ਇਸ ਟਾਈਮ ਵੀ ਦਿਸਦਾ ਥਣ ਦਾ ਸਹਿਜ ਵੀ ਸੋਹਣਾ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਤੁਹਾਨੂੰ ਇੱਥੋਂ ਕਲੀਅਰ ਦਿਸ ਗਿਆ ਹੋਊਗਾ ਸਹਿਜ ਥਣਾਂ ਦਾ ਸੋਹਣਾ ਜੋਸ਼ ਇਹਦੇ ਥਣਾਂ 'ਚ ਵੀ ਹੈਗਾ ਇਸ ਟਾਈਮ ਵੀ ਸੋ 16 ਦਿਨਾਂ ਦੀ ਇਹ ਕੱਚੀ ਪੀਸੀ 483 ਦੀ ਧੀ ਅਤੇ ਇੱਕ ਮੱਝ ਇਹਦੇ ਪਿਓ ਦਾ ਨਹੀਂ ਪਤਾ ਵੀ ਇਹ ਕਿਹੜੇ ਬੁੱਲ ਦੀ ਹੈ ਇਹਦਾ ਇੱਕ ਮਹੀਨਾ ਬਾਕੀ ਹੈ ਦੋ ਨਾਗ ਵਿਕਰੀ ਵਾਸਤੇ ਹੈ ਡਿਮਾਂਡ ਰੇਟ ਜਿਹੜਾ ਉਹ ਦੋਵਾਂ ਦਾ ਤੁਹਾਨੂੰ ਦੱਸਤਾ ਤੁਸੀਂ ਆ ਕੇ ਤਸੱਲੀ ਕਰਕੇ ਇਹਨਾਂ 'ਚੋਂ ਜਿਹੜਾ ਨਾਗ ਚੰਗਾ ਲੱਗਿਆ ਖਰੀਦ ਲਿਓ ਨੰਬਰ ਵਾਈਜ਼ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ।